ਰਣਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਨੇ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਰਿਟ ਪਟੀਸ਼ਨ ਲਗਾਈ ਹੈ ਕਿ ਸਰਬੱਤ ਖਾਲਸਾ ਦੇ ਮਾਮਲੇ 'ਚ ਸਾਨੂੰ ਇਜਾਜ਼ਤ ਦਿੱਤੀ ਜਾਏ ਪਹਿਲਾਂ ਉਹ 27 ਤਰੀਕ ਨੂੰ ਕਰ ਰਹੇ ਸੀ ਹੁਣ 8 ਦਸੰਬਰ ਨੂੰ ਆਯੋਜਿਤ ਕਰ ਰਹੇ ਹੈ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿਸੇ ਪੰਜਾਬੀ ਨੂੰ ਕੋਈ ਇਤਰਾਜ਼ ਨਹੀਂ ਅਸੀਂ ਅੱਜ ਬਤੌਰ ਪੰਜਾਬੀ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਕੇ ਮੰਗ ਕੀਤੀ ਹੈ ਕਿ ਇਸ ਪਟੀਸ਼ਨ 'ਚ ਸਾਨੂੰ ਬਤੌਰ ਧਿਰ ਸ਼ਾਮਿਲ ਕੀਤਾ ਜਾਏ ਔਰ ਜਿਹੜੇ ਸਾਡੇ ਓਬਜੈਕਸ਼ਨ ਹੈ ਕਿਉਂਕਿ ਸਰਬੱਤ ਖਾਲਸਾ ਜਦ ਵੀ ਆਯੋਜਿਤ ਹੋਇਆ ਉਹਦੇ 'ਚ ਰਾਸ਼ਟਰ ਵਿਰੋਧੀ ਗੱਲਾਂ ਕੀਤੀਆਂ ਗਈਆਂ ਦੇਸ਼ ਵਿਰੋਧੀ ਗੱਲਾਂ ਕੀਤੀਆਂ ਗਈਆਂ ਖਾਲਿਸਤਾਨੀ ਪੱਖੀ ਗੱਲਾਂ ਕੀਤੀਆਂ ਗਈਆਂ ਔਰ ਉਹਦੇ 'ਚ ਅਸਲੇ ਨੂੰ ਹਥਿਆਰਾਂ ਨੂੰ ਮੁੱਖ ਤੌਰ 'ਤੇ ਉਭਾਰਿਆ ਗਿਆ ਪੰਜਾਬ ਦੇ 45% ਜਿਹੜੇ ਹਿੰਦੂ ਪੰਜਾਬ 'ਚ ਰਹਿ ਰਹੇ ਹੈ ਔਰ ਜਿਹੜੇ ਸ਼ਾਂਤਮਈ ਪੰਜਾਬੀ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਉਹਨਾਂ ਦੇ ਮਨ 'ਚ ਖੌਫ ਪੈਦਾ ਕੀਤਾ ਸਰਬੱਤ ਖਾਲਸਾ ਨੇ ਔਰ ਇਹਨਾਂ ਨੇ ਹਥਿਆਰਿਆਂ ਨੂੰ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਸਿੱਖ ਧਰਮ ਦੀ ਪਵਿੱਤਰ ਪਦਵੀ ਦੇ ਕੇ ਹਥਿਆਰੇ ਔਰ ਅੱਤਵਾਦੀਆਂ ਨੂੰ ਹੁਲਾਰਾ ਦੇਣ ਦਾ ਕੰਮ ਕੀਤਾ ਹੈ ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ 'ਚ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਉਹ 'ਚ ਓਰਲ ਆਰਡਰ ਹੋਇਆ ਕਿ 5 ਤਰੀਕ ਨੂੰ ਜਿਹੜੀ ਹੈਰਿੰਗ ਹੋਏਗੀ ਉਹਦੇ 'ਚ ਅਸੀਂ ਆਪਣੇ ਓਬਜੈਕਸ਼ਨ ਫਾਈਲ ਕਰਨ ਜਾ ਰਹੇ ਹਾਂ ਅਸੀਂ ਨਿਆਇਲੇ ਦੇ ਵਿੱਚ ਜਾ ਕੇ ਦੱਸਣਾ ਚਾਹੁੰਦੇ ਹਾਂ ਕਿ ਸਰਬੱਤ ਖਾਲਸਾ ਜਿਹੜੀ ਇਹਨਾਂ ਵੱਲੋਂ ਹੋ ਰਹੀ ਹੈ ਖਾਲਿਸਤਾਨੀ ਪੱਖੀ ਸਮੂਹਾਂ ਵੱਲੋਂ ਹੋ ਰਹੀ ਹੈ ਉਹਨਾਂ ਨੂੰ ਕਤਈ ਵੀ ਕਿਸੇ ਵੀ ਹਾਲਤ 'ਚ ਇਜਾਜ਼ਤ ਨਾ ਦਿੱਤੀ ਜਾਵੇ ਦੇਖੋ ਕਾਨੂੰਨੀ ਤੌਰ ਤੇ ਜੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੋਈ ਫੈਸਲਾ ਉਹਨਾਂ ਦੇ ਹੱਕ 'ਚ ਆਉਂਦਾ ਹੈ ਤਾਂ ਸ਼ਿਵ ਸੈਨਾ ਹਿੰਦੁਸਤਾਨ ਕੋਲ ਕਾਨੂੰਨੀ ਤੌਰ ਤੇ ਜਿਹੜਾ ਤਰੀਕਾ ਵਸਦਾ ਸੁਪਰੀਮ ਕੋਰਟ 'ਚ ਜਾਣ ਦਾ ਅਸੀਂ ਉਹ ਵੀ ਪ੍ਰਯਾਸ ਕਰਾਂਗੇ ਕਿ ਮਾਨਯੋਗ ਸੁਪਰੀਮ ਕੋਰਟ 'ਚ ਜਾ ਕੇ ਵੀ ਇਹ ਪੱਖ ਰੱਖਿਆ ਜਾਏ ਅਗਰ ਉਹ ਕਾਨੂੰਨੀ ਲੜਾਈ ਲੜਨਗੇ ਤਾਂ ਅਸੀਂ ਵੀ ਕਾਨੂੰਨੀ ਤੌਰ ਤੇ ਆਪਣਾ ਵਿਰੋਧ ਜਿਹੜਾ ਆਪਣਾ ਪੱਖ ਹੈ ਦੇਸ਼ ਦੇ ਸੰਵਿਧਾਨ ਔਰ ਕਾਨੂੰਨ ਦੇ ਮੁਤਾਬਕ ਰੱਖਾਂਗੇ ਪੱਤਰਕਾਰਾਂ ਦੇ ਪ੍ਰੈਸ ਦੇ ਮਾਧਿਅਮ ਰਾਹੀਂ ਜਨਮਤ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਗਿਆਪਨ ਦੇ ਕੇ ਅਸੀਂ ਮੰਗ ਕਰਾਂਗੇ ਕਿ ਇਹੋ ਜਿਹੇ ਦੇਸ਼ ਵਿਰੋਧੀ ਸਮੂਹ ਜਿਹਦੇ ਪ੍ਰਯਾਸ ਦੇ ਨਾਲ ਪੂਰੇ ਪੰਜਾਬ ਦੇ ਅਮਨ ਚੈਨ ਨੂੰ ਅੱਗ ਲੱਗ ਸਕਦੀ ਹੈ ਉਹਨਾਂ ਨੂੰ ਕਤਈ ਕਿਸੇ ਵੀ ਕੀਮਤ 'ਤੇ ਇਜਾਜ਼ਤ ਨਾ ਦਿੱਤੀ ਜਾਏ ਇਸੇ ਕਰਕੇ ਅਸੀਂ ਮਾਨਯੋਗ ਹਾਈ ਕੋਰਟ 'ਚ ਵੀ ਆਪਣੀ ਐਪਲੀਕੇਸ਼ਨ ਦਿੱਤੀ ਹੈ ਕਿ ਉਸ ਸੁਣਵਾਈ ਦੇ ਦੌਰਾਨ ਸਾਡੇ ਓਬਜੈਕਸ਼ਨ ਨੂੰ ਵੀ ਸੁਣਿਆ ਜਾਏ ਸ਼ਿਵ ਸੈਨਾ ਹਿੰਦੁਸਤਾਨ ਦੀ ਇੱਕ ਰਾਜਨੀਤਿਕ ਸ਼ਾਖਾ ਹੈ ਜਿਸ ਨੂੰ ਹਿੰਦੁਸਤਾਨ ਸ਼ਕਤੀ ਸੈਨਾ ਦਾ ਨਾਮ ਹੈ ਔਰ ਚੁਣਾਵ ਆਯੋਗ ਭਾਰਤ ਤੋਂ ਰਜਿਸਟਰ ਕੀਤਾ ਗਿਆ ਹੈ ਔਰ ਸਾਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ 2017 ਲਈ ਬਕਾਇਦਾ ਚੁਣਾਵ ਆਯੋਗ ਤੋਂ ਕੋਕੋਨਟ ਯਾਨੀ ਕਿ ਨਾਰੀਅਲ ਚੁਣਾਵ ਚਿੰਨ੍ਹ ਮਿਲਿਆ ਹੈ ਪਾਰਟੀ ਨੇ ਤੈਅ ਕੀਤਾ ਹੈ ਕਿ ਹਿੰਦੁਸਤਾਨ ਸ਼ਕਤੀ ਸੈਨਾ ਦੇ ਬੈਨਰ ਥੱਲੇ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਪੰਜਾਬ ਦੀ 117 ਵਿਧਾਨ ਸਭਾ ਵਿੱਚੋਂ 30 ਸੀਟਾਂ ਦੇ ਉੱਤੇ ਫਾਈਟ ਕਰਨਗੇ ਔਰ ਉੱਤਰ ਪ੍ਰਦੇਸ਼ ਦੀ ਜਿਹੜੀ 403 ਵਿਧਾਨ ਸਭਾ ਸੀਟਾਂ ਹੈਗੀਆਂ ਉਹਦੇ ਵਿੱਚ 100 ਵਿਧਾਨ ਸਭਾ ਸੀਟਾਂ ਦੇ ਉੱਤੇ ਅਸੀਂ ਹਿੰਦੁਸਤਾਨ ਸ਼ਕਤੀ ਸੈਨਾ ਬੈਨਰ ਦੇ ਥੱਲੇ ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਉਤਾਰਨ ਜਾ ਰਹੇ ਹਾਂ ਔਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਅਸੀਂ ਚੋਣ ਕੰਪੇਨ ਵੀ ਇਹਦੀ ਚਲਾਵਾਂਗੇ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਪ੍ਰਮੁੱਖ ਮੁੱਦਾ ਰਹੇਗਾ ਜਿਹੜਾ ਅਸੀਂ 10 ਸਾਲ ਲਗਾਤਾਰ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਲੜਦੇ ਰਹੇ ਕਿ 35,000 ਅੱਤਵਾਦ ਪੀੜਿਤ ਹਿੰਦੂ ਔਰ ਦੂਸਰੀ ਕੌਮਾਂ ਦੇ ਲੋਕ ਇੱਥੇ ਸ਼ਾਮਿਲ ਹੈ ਜਿਨ੍ਹਾਂ ਦੇ ਅਸੀਂ ਲੜਾਈ ਲੜੀ ਔਰ ਉਸ ਲੜਾਈ ਦੇ ਸਦਕਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਟਾਈਮ ਸ਼ਿਵ ਸੈਨਾ ਹਿੰਦੁਸਤਾਨ ਨੇ ਮਜਬੂਰ ਕਰ ਦਿੱਤਾ ਕਿ 782 ਕਰੋੜ ਰੁਪਏ ਦਾ ਪੈਕੇਜ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਪਾਸ ਕਰਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੂੰ ਮਨਜ਼ੂਰੀ ਲਈ ਭੇਜਿਆ ਲੇਕਿਨ ਉਹਨਾਂ ਦਾ ਪੂਰਾ ਕਾਰਜਕਾਲ ਖਤਮ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚਲੀ ਗਈ ਕਾਂਗਰਸ ਨੇ ਕਦੇ ਵੀ ਕੋਈ ਡੈਪੂਟੇਸ਼ਨ ਲੈ ਕੇ ਇਹ 782 ਕਰੋੜ ਰੁਪਏ ਦਾ ਪੈਕੇਜ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਅਕਾਲੀ ਦਲ ਬੀਜੇਪੀ ਦੀ ਵੀ ਸਰਕਾਰ ਲਗਾਤਾਰ ਦੋ ਕਾਰਜਕਾਲ ਪੰਜਾਬ 'ਚ ਰਹੀ ਸ਼ਿਵ ਸੈਨਾ ਹਿੰਦੁਸਤਾਨ ਨੇ ਲਗਾਤਾਰ ਉਹਨਾਂ ਨੂੰ ਗਿਆਪਨ ਦਿੱਤੇ ਮੰਗ ਪੱਤਰ ਦਿੱਤੇ ਪਰ ਇਹ ਸਰਕਾਰ ਨੇ ਵੀ ਇੱਕ ਫੁੱਟੀ ਕੌੜੀ ਅੱਤਵਾਦ ਪੀੜਿਤ ਹਿੰਦੂਆਂ ਨੂੰ ਔਰ ਦੂਸਰਿਆਂ ਨੂੰ ਬਿਲਕੁਲ ਨਹੀਂ ਦਿੱਤੀ ਇਹ ਸਾਡਾ ਇੱਕ ਪ੍ਰਮੁੱਖ ਮੁੱਦਾ ਹੋਏਗਾ ਜਿਹੜਾ ਅਸੀਂ ਕੰਪੇਨ 'ਚ ਲਾਂਗੇ ਦੂਸਰੇ ਜਿਵੇਂ ਇਹਨਾਂ ਨੇ ਵਪਾਰੀਆਂ ਦੇ ਖਿਲਾਫ਼ ਇੰਡਸਟਰੀ ਦੇ ਖਿਲਾਫ਼ ਪਾਲਿਸੀ ਬਣਾਈ ਔਰ ਗੋਬਿੰਦਗੜ੍ਹ ਜੈਸਾ ਉਦਯੋਗਿਕ ਨਗਰੀ ਉਜੜ ਗਿਆ ਇੰਡਸਟਰੀ ਪੰਜਾਬ 'ਚੋਂ ਪਲਾਨ ਕਰਕੇ ਚਲੀ ਗਈ ਔਰ ਇਹ ਬੇਰੁਜ਼ਗਾਰੀ ਇੰਨੀ ਵੱਧ ਗਈ ਇਹ ਪ੍ਰਾਈਵੇਟ ਸੈਕਟਰ ਸਰਕਾਰੀ ਸੈਕਟਰ 'ਚ ਇੱਕ ਵੀ ਨੌਕਰੀ ਨਹੀਂ ਦੇ ਸਕੇ ਹਾਲਾਂਕਿ ਅੱਖ ਦੇ ਵਿੱਚ ਘੱਟਾ ਪਾਉਣ ਲਈ ਮੋਹਾਲੀ ਦੇ ਵਿੱਚ ਇਹਨਾਂ ਨੇ ਇੰਡਸਟਰੀਏਟ ਬੁਲਾਏ ਉਹਦੇ 'ਚ ਰਾਹੁਲ ਬਜਾਜ ਨੇ ਜਿਸ ਪ੍ਰਕਾਰ ਇਹਨਾਂ ਦੀ ਪਾਲਿਸੀ 'ਤੇ ਅਟੈਕ ਕੀਤਾ ਉਹ ਸਾਰੇ ਪੰਜਾਬ ਦੇ ਸਾਹਮਣੇ ਹੈ ਇਸ ਤਰ੍ਹਾਂ ਦੇ ਪ੍ਰਮੁੱਖ ਮੁੱਦੇ ਔਰ ਨਸ਼ੇ ਦੇ ਖਿਲਾਫ਼ ਜਿਹੜਾ ਪੰਜਾਬ ਦੇ ਵਿੱਚ ਇੱਕ ਵਾਤਾਵਰਨ ਬਣਿਆ ਨਸ਼ਾ ਹੀ ਬਣਾ ਦਿੱਤਾ ਗਿਆ ਪੰਜਾਬ ਨੂੰ ਉਹ ਮੁੱਦਾ ਵੀ ਸ਼ਿਵ ਸੈਨਾ ਹਿੰਦੁਸਤਾਨ ਦੇ ਟਾਰਗੇਟ 'ਤੇ ਰਹੇਗਾ